ਸੁਨੇਹੋ ਚੈਨਲ ਨਿਊਜ਼ ਟੈਕ ਪੰਜਾਬ ਤੇ ਸਾਡਾ ਖਾਸ ਪ੍ਰੋਗਰਾਮ ਆਸਥਾ। ਮੈਂ ਹਾਂ ਸੰਜੀਵ ਸ਼ਰਮਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਸੁਜੀਤ ਕੌਰ। ਅੱਜ ਅਸੀਂ ਦੁਸ਼ਹਿਰ ਸਪੈਸ਼ਲ ਦੀ ਗੱਲ ਕਰਾਂਗੇ ਲੰਕਾਪਤੀ ਰਾਵਣ ਦੀ। ਜਿਵੇਂ ਕਿ ਜ਼ਿਆਦਾਤਰ ਲੋਕ ਜਾਣਦੇ ਨੇ ਕਿ ਰਾਵਣ ਇੱਕ ਅਸੁਰ, ਇੱਕ ਅਹੰਕਾਰੀ ਅਤੇ ਇਹੋ ਜਿਹਾ ਰਾਜਾ ਸੀ ਜਿਸ ਨੇ ਲੋਕਾਂ ਨੂੰ ਬਹੁਤ ਤੰਗ ਕੀਤਾ ਅਤੇ ਉਸਦੀ ਛਵੀ ਵੀ ਇਸ ਤਰ੍ਹਾਂ ਹੀ ਲੋਕਾਂ ਦੇ ਸਾਹਮਣੇ ਬਣੀ ਹੋਈ ਹੈ। ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਰਾਵਣ ਇੱਕ ਸਰਵ ਸ਼ਕਤੀਸ਼ਾਲੀ ਕੁਸ਼ਲ ਰਾਜਾ ਤੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਵਾਲਾ ਸ਼ਿਵਜੀ ਦਾ ਬਹੁਤ ਵੱਡਾ ਭਗਤ ਸੀ। ਰਾਵਣ ਇੱਕ ਗਰੂ ਰਾਜਾ ਸੀ ਤੇ ਬਹੁਤ ਅਹੰਕਾਰੀ ਸੀ। ਉਹ ਨਾ ਤਾਂ ਬ੍ਰਾਹਮਣ ਸੀ ਤੇ ਨਾ ਹੀ ਉਹ ਰਾਖਸ਼ ਸੀ। ਉਸਦਾ ਪਿਤਾ ਵਿਸ਼ਰਵਾ ਜੀ ਮਹਾਰਾਜ ਸੀ ਤੇ ਉਸਦੀ ਮਾਤਾ ਕੇਕ ਸੀ, ਇੱਕ ਰਾਖਸ਼ ਸੀ ਜਿਸ ਨੂੰ ਬ੍ਰਹਮ ਰਾਖਸ਼ ਵੀ ਕਿਹਾ ਜਾਂਦਾ ਹੈ। ਉਸ ਕੋਲ ਬ੍ਰਾਹਮਣ ਦੀ ਬੁੱਧੀ ਤੇ ਰਾਖਸ਼ ਦੀ ਸ਼ਕਤੀ ਸੀ। ਉਸ ਕੋਲ ਇੱਕ ਪੁਸ਼ਪਕ ਵਿਮਾਨ ਸੀ ਜਿਸਦਾ ਪ੍ਰਯੋਗ ਭਗਵਾਨ ਰਾਮ ਨੇ ਬਨਵਾਸ ਤੋਂ ਬਾਅਦ ਅਯੋਧਿਆ ਵਾਪਸੀ ਸਮੇਂ ਕੀਤਾ ਸੀ। ਬਹੁਤ ਘੱਟ ਲੋਕ ਜਾਣਦੇ ਨੇ ਕਿ ਰਾਵਣ ਕੋਲ ਕਈ ਹਵਾਈ ਯੰਤਰ ਸੀ ਤੇ ਉਹਨਾਂ ਨੂੰ ਉਤਾਰਨ ਲਈ ਕਈ ਹਵਾਈ ਅੱਡੇ ਵੀ ਸੀ। ਅੱਜ ਵੀ ਉਹ ਹਵਾਈ ਅੱਡੇ ਸ਼੍ਰੀ ਲੰਕਾ ਵਿੱਚ ਮੌਜੂਦ ਨੇ ਜਿੱਥੇ ਰਾਵਣ ਆਪਣੇ ਹਵਾਈ ਯੰਤਰ ਉਤਾਰਿਆ ਕਰਦਾ ਸੀ। ਸ਼ਿਵਜੀ ਨੇ ਉਹਨਾਂ ਨੂੰ ਰਾਵਣ ਦਾ ਨਾਮ ਦਿੱਤਾ। ਰਾਵਣ ਸ਼ਿਵਜੀ ਨੂੰ ਕੈਲਾਸ਼ ਤੋਂ ਲੈ ਕੇ ਜਾਣਾ ਚਾਹੁੰਦਾ ਸੀ ਪਰ ਭਗਵਾਨ ਸ਼ਿਵਜੀ ਨੇ ਮਨਾ ਕਰ ਦਿੱਤਾ। ਉਹਨਾਂ ਦੇ ਮਨਾ ਕਰਨ ਤੋਂ ਬਾਅਦ ਰਾਵਣ ਨੇ ਕੈਲਾਸ਼ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ਿਵਜੀ ਨੇ ਆਪਣਾ ਪੈਰ ਕੈਲਾਸ਼ ਉੱਪਰ ਰੱਖ ਦਿੱਤਾ ਜਿਸ ਨਾਲ ਰਾਵਣ ਦੀ ਉਂਗਲੀ ਕੈਲਾਸ਼ ਦੇ ਥੱਲੇ ਆ ਗਈ ਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜ਼ਖਮੀ ਹਾਲਤ ਵਿੱਚ ਵੀ ਰਾਵਣ ਸ਼ਿਵ ਤਾਂਡਵ ਕਰਨ ਲੱਗਾ। ਜਦੋਂ ਸ਼ਿਵਜੀ ਨੇ ਸਾਰਾ ਕ੍ਰਿਆ ਦੇਖੀ ਤਾਂ ਉਹ ਉਹਨਾਂ ਕੋਲ ਆ ਗਏ ਤੇ ਬਹੁਤ ਪ੍ਰਸੰਨ ਹੋਏ ਤੇ ਉਸ ਵਕਤ ਰਾਵਣ ਨੂੰ ਉਹਨਾਂ ਨੇ ਰਾਵਣ ਦਾ ਨਾਂ ਦਿੱਤਾ ਜਿਸ ਦਾ ਅਰਥ ਹੈ ਜ਼ੋਰ ਜ਼ੋਰ ਨਾਲ ਦਹਾੜਨਾ। ਰਾਵਣ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ ਤੇ ਆਪਣੇ ਸਮੇਂ ਦਾ ਸਭ ਤੋਂ ਵਿਦਵਾਨ ਵਿਅਕਤੀ ਸੀ। ਜਦੋਂ ਰਾਵਣ ਮੌਤ ਦੇ ਬਿਲਕੁਲ ਨੇੜੇ ਸੀ ਤਾਂ ਭਗਵਾਨ ਰਾਮ ਨੇ ਭਗਵਾਨ ਲਕਸ਼ਮਣ ਜੀ ਨੂੰ ਉਹਨਾਂ ਕੋਲ ਜਾਣ ਲਈ ਕਿਹਾ ਤੇ ਉਹਨਾਂ ਕੋਲੋਂ ਰਾਜਪਾਠ ਦੀ ਸਿੱਖਿਆ ਲੈਣ ਲਈ ਕਿਹਾ। ਇੰਝ ਮੰਨਿਆ ਜਾਂਦਾ ਹੈ ਕਿ ਰਾਵਣ ਨੇ ਨਵ ਗ੍ਰਹਿਆਂ ਨੂੰ ਆਪਣੇ ਵਸ ਵਿੱਚ ਕਰ ਲਿਆ ਸੀ। ਜਦੋਂ ਉਸਦੇ ਪੁੱਤਰ ਮੇਘਨਾਥ ਦਾ ਜਨਮ ਹੋਇਆ ਤਾਂ ਉਸਨੇ ਸਾਰੇ ਗ੍ਰਹਿਆਂ ਨੂੰ 11ਵੇਂ ਸਥਾਨ ਤੇ ਆਉਣ ਲਈ ਕਿਹਾ ਪਰ ਸ਼ਨੀਦੇਵ ਨੇ ਉਹਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਉਹ 12ਵੇਂ ਸਥਾਨ ਤੇ ਜਾ ਕੇ ਬੈਠ ਗਏ। ਇਸ ਤੋਂ ਰਾਵਣ ਬਹੁਤ ਨਾਖੁਸ਼ ਹੋ ਗਿਆ ਤੇ ਉਸਨੂੰ ਬਹੁਤ ਗੁੱਸਾ ਆਇਆ। ਉਸਨੇ ਸ਼ਨੀਦੇਵ ਜੀ ਤੇ ਆਕਰਮਣ ਕਰ ਦਿੱਤਾ ਤੇ ਸ਼ਨੀਦੇਵ ਜੀ ਨੂੰ ਆਪਣਾ ਬੰਦੀ ਬਣਾ ਲਿਆ। ਰਾਵਣ ਦੇ ਬਹੁਤ ਨਾਮ ਸੀ ਪਰ ਦਸ਼ਾਨੰਦ ਉਸਦਾ ਲੋਕਪ੍ਰਿਯ ਨਾਮ ਸੀ। ਰਾਵਣ ਇੱਕ ਆਦਰਸ਼ ਪਤੀ ਤੇ ਆਦਰਸ਼ ਭਰਾ ਵੀ ਸੀ। ਇੱਕ ਪਾਸੇ ਉਸਨੇ ਆਪਣੀ ਭੈਣ ਦਾ ਬਦਲਾ ਲੈਣ ਲਈ ਬਹੁਤ ਵੱਡਾ ਫੈਸਲਾ ਲਿਆ ਜੋ ਕਿ ਉਸਦੀ ਮੌਤ ਦਾ ਕਾਰਨ ਬਣਿਆ ਅਤੇ ਦੂਸਰੇ ਪਾਸੇ ਉਹ ਆਪਣੀ ਪਤਨੀ ਨੂੰ ਬਚਾਉਣ ਲਈ ਉਸ ਯੱਗ ਤੇ ਉੱਠ ਖੜਾ ਹੋਇਆ ਜਿਸ ਨਾਲ ਉਹ ਰਾਮ ਜੀ ਦੀ ਸੈਨਾ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਸਕਦਾ ਸੀ। ਉਹਨਾਂ ਜੀ ਨੇ ਕੁੰਭਕਰਨ ਨੂੰ ਹਮੇਸ਼ਾ ਨੀਂਦ ਵਿੱਚ ਸੌਣ ਦਾ ਵਰਦਾਨ ਦਿੱਤਾ ਤਾਂ ਉਸ ਵਕਤ ਰਾਵਣ ਨੇ ਕੋਰ ਤਪ ਕਰਕੇ ਉਹ ਸਮਾਂ 6 ਮਹੀਨੇ ਦਾ ਕਰ ਲਿਆ ਤਾਂ ਕਿ ਕੁੰਭਕਰਨ 6 ਮਹੀਨੇ ਜਾਗਦਾ ਰਹੇ ਅਤੇ 6 ਮਹੀਨੇ ਸੌਂ ਸਕੇ। ਅੱਜ ਵੀ ਸ਼੍ਰੀ ਲੰਕਾ ਦੇ ਭਾਰਤ ਵਿੱਚ ਰਾਵਣ ਦੀ ਬਹੁਤ ਪੂਜਾ ਕੀਤੀ ਜਾਂਦੀ ਹੈ। ਦੱਖਣ ਪੂਰਬ ਭਾਰਤ ਵਿੱਚ ਅਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਵੀ ਰਾਵਣ ਦੀ ਬਹੁਤ ਪੂਜਾ ਕੀਤੀ ਜਾਂਦੀ ਹੈ। ਰਾਵਣ ਨੂੰ ਆਂਧਰਾ ਪ੍ਰਦੇਸ਼ ਤੇ ਰਾਜਸਥਾਨ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਪੂਜਿਆ ਜਾਂਦਾ ਹੈ। ਅੱਜ ਤੱਕ ਰਾਵਣ ਜਿੰਨਾ ਬੁੱਧੀਜੀਵੀ ਵਿਅਕਤੀ ਕੋਈ ਨਹੀਂ। ਸੋਸ਼ਲ ਮੀਡੀਆ ਤੇ ਕਈ ਧਾਰਮਿਕ ਵਿਚਾਰਵਾਨ ਲੋਕ ਤੇ ਕਈ ਜਥੇਬੰਦੀਆਂ ਇਸ ਗੱਲ ਦਾ ਸਵਾਲ ਉਠਾ ਰਹੇ ਨੇ ਕਿ ਰਾਵਣ ਦਹਿਨ ਹਰ ਸਾਲ ਕਿਉਂ ਕੀਤਾ ਜਾ ਰਿਹਾ ਹੈ। ਗ੍ਰੰਥਾਂ ਅਨੁਸਾਰ ਤ੍ਰੇਤਾ ਯੁੱਗ ਵਿੱਚ ਵੀ ਰਾਮ ਜੀ ਨੇ ਇਹ ਲੀਲਾ ਸਿਰਫ ਰਾਵਣ ਦੇ ਉਦਾਰ ਲਈ ਹੀ ਰਚੀ ਸੀ ਤੇ ਰਾਵਣ ਨੇ ਵੀ ਸਭ ਕੁਛ ਆਪਣੀ ਮੁਕਤੀ ਲਈ ਹੀ ਕੀਤਾ ਸੀ। ਦਰਸ਼ਕਾਂ ਲਈ ਇੱਕ ਸਵਾਲ ਜ਼ਰੂਰ ਛੱਡ ਜਾਂਦੇ ਹਾਂ ਕਿ ਹਰ ਸਾਲ ਰਾਵਣ ਦਹਿਨ ਜ਼ਰੂਰੀ ਹੈ ਜਾਂ ਨਹੀਂ। ਤੁਸੀਂ ਆਪਣੇ ਜਵਾਬ ਸਾਨੂੰ ਸਾਡੇ ਕਮੈਂਟ ਬਾਕਸ ਵਿੱਚ ਲਿਖ ਕੇ ਭੇਜ ਸਕਦੇ ਹੋ, ਸਾਨੂੰ ਸਾਡੀ ਈਮੇਲ ਆਈਡੀ ਤੇ ਭੇਜ ਸਕਦੇ ਹੋ, ਸਾਡੇ ਟਵਿੱਟਰ ਅਕਾਊਂਟ ਤੇ ਜਾ ਸਕਦੇ ਹੋ ਜਾਂ ਸਾਡੀ ਫੇਸਬੁੱਕ ਅਕਾਊਂਟ ਤੇ ਜਾ ਸਕਦੇ ਹੋ। ਅਗਲੇ ਹਫ਼ਤੇ ਤੁਹਾਨੂੰ ਆਸਥਾ ਦੇ ਵਿੱਚ ਇੱਕ ਹੋਰ ਨਵੇਂ ਵਿਸ਼ੇ ਨਾਲ ਮਿਲਾਂਗੇ। ਤਦ ਤੱਕ ਲਈ ਮੈਨੂੰ ਸੰਜੀਵ ਸ਼ਰਮਾ ਅਤੇ ਸੁਜੀਤ ਕੌਰ ਦੀ ਇਜਾਜ਼ਤ। ਸਤਿ ਸ਼੍ਰੀ ਅਕਾਲ।